ਇਨਸਾਨੀ ਜਿਸਮ ਦਾ ਇੱਕ ਪਾਰਟ ਹੈ ਜਿਹੜਾ ਸਾਡੇ ਮਰਦਾਂ ਦਾ ਹਿੱਸਾ ਹੈ। ਅੰਗਰੇਜ਼ੀ 'ਚ ਉਹਨੂੰ ਕਹਿੰਦੇ ਨੇ ਟੈਸਟੀਕਲ, ਉਰਦੂ 'ਚ ਕਹਿੰਦੇ ਨੇ ਕਪੂਰੇ, ਅਤੇ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਟੱਟੇ। ਇੱਕ ਤਾਂ ਇਹਦਾ ਕੁਦਰਤੀ ਫੰਕਸ਼ਨ ਹੈ, ਸਭ ਨੂੰ ਪਤਾ ਹੈ। ਦੂਸਰੇ ਦਾ ਇੱਕ ਹੋਰ ਵੀ ਫਾਰਮੂਲਾ ਹੈ, ਅਤੇ ਜਿਹੜਾ ਇਹਨੂੰ ਯੂਜ਼ ਕਰਨ ਦਾ ਜਿਹਨੂੰ ਫਨ ਆਉਂਦਾ ਨਾ, ਉਹ ਬੜਾ ਕਾਮਯਾਬ ਹੈ। ਜਿਹੜੇ ਬੰਦੇ ਕਹਿੰਦੇ ਨੇ ਅਸੀਂ ਬੜੀ ਇਨਵੈਸਟਰ ਕਰਨੇ, ਬੜੇ ਕੰਮ ਕਰਨੇ, ਸਾਨੂੰ ਕਾਮਯਾਬ ਨਹੀਂ ਮਿਲਦੀ, ਉਹ ਇਹ ਫਾਰਮੂਲਾ ਯੂਜ਼ ਕਰਨ ਅਤੇ ਜਨਾਬ ਦਮਾ ਦਾ ਮਸਤਕਲ ਅੰਦਰ। ਇਹ ਜਿੰਨੇ ਤੁਹਾਡੇ ਸਿਆਸਤਦਾਨ ਨੇ ਨਾ, ਖਾਸ ਕਰ ਐਸਪੈਸ਼ਲੀ ਜਿਹੜੇ ਤੁਹਾਡੇ ਸ਼ਿਵਾਸ਼ੀ ਵਸੇ, ਸ਼ਿਵਾਸ਼ੀ ਵਜ਼ੀਰ ਆਜ਼ਮ ਬਿਹਤਰੀਨ ਜਨਾਬ ਦਾ ਇਸਤੇਮਾਲ ਕਰਦੇ ਨੇ, ਅਤੇ ਬਾਕੀ ਤੁਹਾਡੇ MNA, MPA, ਇਹ ਤੁਹਾਡੇ ਬਿਊਰੋਕਰੇਟਸ, ਇਹ ਜਿੰਨੇ ਵੀ ਸਰਕਾਰੀ ਦਫ਼ਤਰ 'ਚ ਕੰਮ ਕਰਦੇ ਨੇ, ਇਹ ਸਭ ਇਸ ਫਾਰਮ 'ਤੇ ਅਮਲ ਕਰਦੇ ਨੇ, ਅਤੇ ਕਰੋੜਾਂਪਤੀ ਨੇ, ਪ੍ਰਾਪਰਟੀਆਂ ਗੱਡੀਆਂ ਪੂਰੀ ਦੁਨੀਆ 'ਤੇ ਛਾਏ ਨੇ। ਅਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ, ਇਹ ਚਾਰ ਸ਼ੇਅਰ ਬੋਲੋਗਾ ਅਤੇ ਇੱਕ ਹੋਰ ਨਾਲ ਮੁਤਾਲਾ ਕਰੀਏ, ਤੁਹਾਨੂੰ ਸਮਝ ਆ ਜਾਏਗੀ। ਇਹ ਟੱਟਿਆਂ ਦਾ ਇਸਤੇਮਾਲ ਤੁਸੀਂ ਕਿਸ ਤਰ੍ਹਾਂ ਕਰਨਾ, ਅਰਜ਼ ਕੀਤਾ, ਟੱਟੇ ਚੁੱਕ ਬਈ ਟੱਟੇ ਚੁੱਕ, ਖੁਦਦਾਰੀ ਦੇ ਫੱਟੇ ਚੁੱਕ, ਗਿੱਲੇ ਹੋ ਕੇ ਜੇ ਤਿਲਕਣ, ਢਿੱਲੇ ਹੋ ਕੇ ਜੇ ਲਮਕਣ, ਤਗੜਾ ਹੋ ਕੇ ਡਾਹ ਦੇ ਬੁੱਕ, ਟੱਟੇ ਚੁੱਕ ਬਈ ਟੱਟੇ ਚੁੱਕ। ਫਿਰ ਕਹਿੰਦਾ, ਕਿਸੇ ਨੂੰ ਨੇੜੇ ਆਉਣ ਨਾ ਦੇਵੀਂ, ਹੱਥ ਟੱਟਿਆਂ ਨੂੰ ਪਾਉਣ ਨਾ ਦੇਵੀਂ, ਆਪਣੇ ਨਾਂ ਕਰਾ ਲੈ ਬੁੱਕ, ਟੱਟੇ ਚੁੱਕ ਬਈ ਟੱਟੇ ਚੁੱਕ। ਫਿਰ ਕਹਿੰਦਾ, ਸਾਹਿਬ ਜੇ ਨੇੜੇ ਆਉਣ ਨਾ ਦੇਵੇ, ਹੱਥ ਟੱਟਿਆਂ ਨੂੰ ਪਾਉਣ ਨਾ ਦੇਵੇ, ਲੰਮੀ ਜਿਹੀ ਬਣਵਾ ਲੈ ਹੁੱਕ, ਟੱਟੇ ਚੁੱਕ ਬਈ ਟੱਟੇ ਚੁੱਕ। ਫਿਰ ਕਹਿੰਦਾ ਅਖੀਰ 'ਤੇ, ਟੱਟੇ ਚੁੱਕਣ ਦਾ ਹੋ ਜਾ ਆਦੀ, ਦਫ਼ਤਰ ਵਿੱਚ ਤੈਨੂੰ ਮਿਲੇ ਆਜ਼ਾਦੀ, ਕਿਸੇ ਕੰਜਰ ਦਾ ਡਰ ਨਾ ਦੁੱਖ, ਟੱਟੇ ਚੁੱਕ ਬਈ ਟੱਟੇ ਚੁੱਕ। ਪਾਕਿਸਤਾਨੀਓ, ਇਹ ਫਾਰਮੂਲਾ ਜੇ ਪਾਕਿਸਤਾਨ 'ਚ ਕਾਮਯਾਬ ਹੁੰਦਾ, ਡੂ ਇਟ।